नमस्कार, चमकदे सितारे प्रोग्राम तुहाडा स्वागत है। मैं हाँ दविंदर वर्मा। डेट ऑफ बर्थ ते टाइम तुरंत तुहाडी समस्या का हल। जदों किसी की फोन कॉल लगती, टीवी की वॉल्यूम घट रखनी, टीवी तो दूर रहना। हैलो। हेलो। हाँ जी, हाँ जी, 29 नवंबर 29 नवंबर 1984 1984 जन्म का टाइम। जन्म का टाइम दोपहरे 2 बजे। हाँ जी, की पूछना चाहते हो? ये पूछना चाहता पर जी, बेटी बाहर है तो एक दो ना ता दिना कॉल च गल हुई है, तुम क्या वापसी हो जूगी 25, पर एक एक अड़चन मिनट, होनी पैंदी टाइम है। की दसा जन्म का? टाइम दोपहरे 2 बजे। 2 बजे। हाँ जी, ਕਿਹੜੀ ਜਗ੍ਹਾ ਹੈਗੀ ਹੈ? ਕੁੜੀ ਆਸਟ੍ਰੇਲੀਆ। ਆਸਟ੍ਰੇਲੀਆ। ਨਹੀਂ ਆਸਟ੍ਰੇਲੀਆ ਨਹੀਂ, ਆਸਟ੍ਰੇਲੀਆ। ਅੱਛਾ ਜੀ, ਕਦੋਂ ਤੁਸੀਂ ਮੇਰੇ ਨਾਲ ਗੱਲ ਕੀਤੀ ਹੈ? ਗੱਲ ਕੀਤੀ ਨੂੰ ਹੋ ਗਏ 2 ਮਹੀਨੇ ਹੋ ਗਏ, ਉਦੋਂ ਇੰਟਰਵਿਊ ਸੀ ਤੇ ਤੁਸੀਂ ਕਿਹਾ ਪਾਸ ਹੋ ਜੂਗੀ, ਪਰ ਉਹ ਨਾ ਫੇਲ ਹੀ ਆਈ ਆ, ਇੱਕ ਨਾ ਹੋ ਗਈ ਇੱਕ ਆ। ਮਿੰਟ ਮੇਰੀ ਗੱਲ ਸੁਣੋ, ਹਾਂਜੀ, ਇਹਦਾ ਜਿਹੜਾ ਰਿਜ਼ਲਟ ਹੈ 7ਵੇਂ ਮਹੀਨੇ ਦੀ 12 ਤਰੀਕ ਤੋਂ ਬਾਅਦ ਰਿਜ਼ਲਟ ਆਇਆ ਹੈ? ਨਹੀਂ ਇਹਦਾ ਆਇਆ ਜੇ, ਇਹਦਾ ਰਿਜ਼ਲਟ ਆਇਆ ਨੂੰ ਹੋ ਗਿਆ ਵਾ 1.5 ਕੁ ਮਹੀਨਾ। ਹੁਣ ਮੇਰੀ ਇੱਕ ਗੱਲ ਸੁਣੋ, ਇੱਕ ਮਿੰਟ, ਹਾਂਜੀ, ਪਹਿਲੇ ਤਾਂ ਮੈਨੂੰ ਇਹ ਦੱਸੋ ਕਿ 7 ਬਦਾਮ ਗਿੱਲਾ ਨਾਰੀਅਲ ਜਲ ਪ੍ਰਵਾਹ ਕੀਤਾ ਕਿ ਨਹੀਂ ਕੀਤਾ? ਹਾਂਜੀ ਕੀਤਾ ਕੀਤਾ ਵਾ। ਤੁਸੀਂ ਇਹਦਾ ਨਾਮ ਲੈ ਕੇ ਨਹੀਂ ਕੀਤਾ 7 ਬਦਾਮ ਗਿੱਲਾ ਨਾਰੀਅਲ, ਇੱਕ ਇਹਨਾਂ ਕੋਈ ਸੁਖਣਾ ਸੁੱਕ ਕੇ ਗਈ ਹੈ, ਅੱਛਾ ਜੀ, ਇਹਨੂੰ ਕਹਿਣਾ ਕੋਈ ਸੁਖਣਾ ਨਹੀਂ ਸੁਖਣੀ, ਅੱਛਾ ਕੋਈ ਸੁਖਣਾ ਨਹੀਂ ਸੁਖਣੀ, 7 ਬਦਾਮ ਗਿੱਲਾ ਨਾਰੀਅਲ ਜਲ ਪ੍ਰਵਾਹ ਕਰਨਾ ਹੈ, ਲੋਹੇ ਦੀ ਗੋਲੀ ਲਾਲ ਰੰਗ ਕਰਕੇ ਆਪਦੇ ਕੋਲੇ ਰੱਖਣੀ ਹੈ, ਅੱਛਾ ਜੀ, ਇੱਕ ਜਦੋਂ ਵੀ ਜਾਣਾ ਹੈ ਸਵਾਈ ਹਾਂ ਦੇ ਟਾਈਮ ਚ ਘਰੋਂ ਨਿਕਲਣਾ, ਕਿਹਦੇ ਟਾਈਮ ਤੇ? ਸਵਾਈ ਦੇ ਟਾਈਮ ਚ 12:15, 10:15, 1 ਜਿੱਦਾਂ। ਅੱਛਾ ਠੀਕ ਹੈ ਜੀ। ਇੱਕ ਗੱਲ ਚੰਗੀ ਤਰ੍ਹਾਂ ਮੇਰੀ ਸੁਣ ਲਓ, ਹਾਂਜੀ ਇਹਨੇ ਜੋ ਕੁਛ ਵੀ ਕੀਤਾ ਕਿਸੇ ਦੇ ਕਹਿਣ ਤੇ ਕੀਤਾ, ਪਹਿਲੇ ਜੋ ਪੇਪਰ ਚ ਭਰਿਆ ਹਾਂਜੀ ਇਹਨੇ ਹਾਂਜੀ ਆਪਦੇ ਦਿਮਾਗ ਨਾਲ ਭਰਨਾ, ਠੀਕ ਹੈ ਠੀਕ ਹੈ। ਇਹਨੂੰ ਨਾਲ ਦੇ ਨੇ ਜਿਹੜਾ ਦੱਸਿਆ ਉਹੀ ਭਰਿਆ ਇਹਨੇ, ਅੱਛਾ ਅੱਛਾ ਉਹਦੀ ਗਲਤੀ ਨਾਲ। ਮੇਰੀ ਗੱਲ ਸੁਣ ਲਓ, ਇੰਟੈਲੀਜੈਂਟ ਹੈਗੀ ਹੈ ਕੁੜੀ, ਹਾਂਜੀ, ਕੋਈ ਵਾਪਸ ਨਹੀਂ ਆਉਂਦੀ, ਟੈਨਸ਼ਨ ਨਹੀਂ ਲੈਣੀ, ਅੱਛਾ ਅੱਛਾ ਦੁਬਾਰਾ ਇਹ ਭਰੇ ਤੇ ਅੱਛਾ। ਇੱਕ ਚੀਜ਼ ਦਾ ਧਿਆਨ ਰੱਖਿਓ, ਅਪੀਲ ਅਪੀਲ ਪਾਤੀ ਆ, ਉਹੀ ਗੱਲ ਹੈ, ਦੁਬਾਰਾ ਤਾਂ ਕਰਨਾ ਹੀ ਪੈਣਾ, ਹਾਂ ਇਹਨੂੰ ਦੁਬਾਰਾ ਕਹਿਣਾ ਨਹਾਉਣ ਪਾਤੀ ਤੋਂ ਬਾਅਦ ਕੱਚਾ ਦੁੱਧ ਮਲਣਾ। ਤੇ ਕਿੱਥੋਂ ਤੁਸੀਂ ਕਿੱਥੋਂ? ਮੇਰੀ ਗੱਲ ਤਾਂ ਸੁਣ ਲਓ ਚੰਗੀ ਤਰ੍ਹਾਂ, ਹਾਂਜੀ, ਚਾਵਲ ਕੱਚੇ ਦੁੱਧ ਚ ਛਾਵੇਂ ਸੁਕਾ ਕੇ ਕੋਲੇ ਰੱਖਣੇ ਆ, ਅੱਛਾ, ਤੇ ਕਿਸੇ ਨੂੰ ਪੈਸੇ ਹੁਣ ਉਧਾਰੇ ਨਾ ਦੇਵੇ, ਇੱਕ ਇਹਦੇ ਸੱਟ ਦਾ ਖਤਰਾ ਹੈ। ਸੱਟ ਦਾ ਖਤਰਾ? ਹਾਂ, ਅੱਛਾ ਉਹਨੂੰ ਇੱਕ ਗੱਲ ਅੱਛਾ ਪੁੱਛ ਲਓ ਵੀ ਤੂੰ ਹਾਂਜੀ 7 ਤਰੀਕ ਤੋਂ ਬਾਅਦ ਅੱਛਾ ਤੇਰੇ ਠੁੱਡੇ ਕਿੰਨੇ ਵੱਜਣ ਲੱਗ ਗਏ ਕੰਮ ਕਰਦੀ ਦੇ, ਤੁਰਦੀ ਫਿਰਦੀ ਦੇ, ਅੱਛਾ ਅੱਛਾ ਠੀਕ ਹੈ ਜੀ, ਇਹ ਗੱਲ ਕਰਕੇ ਮੇਰੇ ਨਾਲ ਦਿਨ ਦੇ ਟਾਈਮ ਗੱਲ ਕਰ ਲਈਓ, ਠੀਕ ਹੈ ਜੀ, ਬੱਚਾ ਤੁਹਾਡਾ ਵਾਪਸ ਨਹੀਂ ਆਉਂਦਾ। ਠੀਕ ਹੈ ਜੀ, ਇੱਕ ਥੈਂਕ ਗੱਲ ਯੂ। ਹੋਰ ਮੇਰੀ ਚੰਗੀ ਤਰ੍ਹਾਂ ਸੁਣ ਲਓ, ਹਾਂਜੀ ਜਿੰਨੇ ਲੋਕ ਵੀ ਮੇਰਾ ਪ੍ਰੋਗਰਾਮ ਦੇਖ ਰਹੇ ਹੈ, ਹਾਂਜੀ ਜਿੰਨੇ ਲੋਕ ਵੀ ਮੇਰਾ ਪ੍ਰੋਗਰਾਮ ਦੇਖ ਰਹੇ ਹੈ, ਹਾਂਜੀ, ਤੁਹਾਡਾ 100% ਕੋਈ ਕੰਮ ਹੋਇਆ ਪਿਆ ਹੋਵੇ ਤੇ ਤੁਸੀਂ ਕਹਿੰਦੇ ਜਾ ਕੇ ਆਪਾਂ ਤਾਂ ਕਾਗਜ਼ ਚੱਕ ਕੇ ਲਿਆਣੇ ਤੇ ਆਪਾਂ ਤਾਂ ਦਰਸ਼ਨ ਹੀ ਦੇਣੇ ਆ, ਹਾਂਜੀ, ਤੇ ਜੇ ਆਪਾਂ ਘਰੋਂ ਨਿਕਲਦੇ ਖਾਲੀ ਭਾਂਡੇ ਵਾਲੇ ਬੰਦੇ ਦੇ ਮੱਥੇ ਲੱਗ ਜਾਈਏ ਹਾਂਜੀ, ਜਾਂ ਬ੍ਰਾਹਮਣ ਦੇ ਮੱਥੇ ਲੱਗ ਜਾਈਏ ਅੱਛਾ ਤੇ ਆਪਣਾ ਬਣਿਆ ਬਣਾਇਆ ਕੰਮ ਚੌਪਟ ਹੋ ਜਾਂਦਾ। ਅੱਛਾ ਅੱਛਾ ਅਗਰ ਸਾਨੂੰ ਕੋਈ ਸਫਾਈ ਕਰਮਚਾਰੀ ਮਿਲ ਜੇ ਹਾਂਜੀ, ਤੇ ਸਾਡਾ 100% ਕੰਮ ਵਿਗੜਿਆ ਹੋਵੇ ਤੇ 100% ਬਣ ਜਾਂਦਾ। ਅੱਛਾ ਅੱਛਾ ਔਰ ਕਈ ਲੋਕ ਕਹਿ ਦਿੰਦੇ ਕਿ ਬਿੱਲੀ ਲੰਘੀ ਰਸਤਾ ਕੱਟ ਗਈ ਤੇ ਆਪਣਾ ਕੰਮ ਨਹੀਂ ਬਣਨਾ, ਹਾਂਜੀ ਕਦੇ ਹਾਂਜੀ, ਬਿੱਲੀ ਲੰਘੇ ਤਾਂ ਤੁਸੀਂ ਜਾ ਕੇ ਦੇਖਿਓ ਤੁਹਾਡਾ ਕੰਮ ਨਹੀਂ ਰੁਕਦਾ। ਅੱਛਾ ਅੱਛਾ ਬੜੀਆਂ ਚੀਜ਼ਾਂ ਹੁੰਦੀਆਂ, ਲੇਕਿਨ ਆਪਾਂ ਅੱਛਾ ਲੋਕਾਂ ਨੂੰ ਕਈ ਚੀਜ਼ਾਂ ਦਾ ਵਹਿਮ ਪਿਆ ਹੋਇਆ, ਹਾਂਜੀ, ਪ੍ਰੈਕਟੀਕਲ ਆਪਾਂ ਨੂੰ ਪਤਾ ਨਹੀਂ ਹੈਗਾ, ਪਰ ਮੇਰੇ ਕੋਲ ਅੱਜ ਤੱਕ ਜ਼ਿੰਦਗੀ ਜੋ ਤਰੀਕਾ ਪ੍ਰੈਕਟੀਕਲ ਹੈਗਾ ਆ, ਮੈਂ ਕਿਤਾਬੀ ਕੀੜਾ ਨਹੀਂ ਹੈਗਾ, ਹਾਂਜੀ ਹਾਂਜੀ, ਤੇ ਮੇਰੇ ਉਪਾਅ ਕਰੋ, ਜੈ ਸ਼੍ਰੀ ਰਾਮ। ਹੈਲੋ, ਠੀਕ ਹੈ ਜੀ, ਠੀਕ ਹੈ, ਹੈਲੋ, ਹਾਂਜੀ, ਹਾਂਜੀ, ਡੇਟ ਓ ਟਾਈਮ ਬੋਲੋ। ਦੋਨੋਂ ਬੇਟਿਆਂ ਬਾਰੇ ਪੁੱਛਣਾ ਚਾਹੁੰਦੀ ਆ ਵੈਸੇ ਤਾਂ। ਇੱਕ ਗੱਲ ਸੁਣ ਲਓ ਜੀ, ਇੱਕ ਬੱਚੇ ਦਾ ਪੁੱਛਣਾ, ਇੱਕ ਨਾ ਇੱਕ ਫ੍ਰੀ ਦਾ ਕੋਈ ਸਕੀਮ ਨਹੀਂ ਹੈਗੀ ਹਲੇ, ਡੇਟ ਵਰ ਦੱਸੋ ਜਲਦੀ। ਅੱਛਾ ਜੀ, ਇਹ ਹੈ 24 ਜੂਨ 1992। 24 ਜੂਨ 1992, ਹਾਂਜੀ, ਜਨਮ ਦਾ ਟਾਈਮ? 9 ਵਜੇ, ਰਾਤ 9 ਵਜੇ। ਕੀ ਪੁੱਛਣਾ ਚਾਹੁੰਦੇ ਹੋ? ਰਾਤ 9 ਵਜੇ ਹੈ। ਮੈਂ ਕੀ ਪੁੱਛਣਾ ਚਾਹੁੰਦੇ ਹੋ? ਪੁੱਛਿਆ, ਮੈਂ ਕਹਿ ਰਹੀ ਹਾਂ ਇਹ ਬਾਹਰ ਗਿਆ ਹੈ ਅਮਰੀਕਾ, 4 ਸਾਲ ਹੋ ਗਏ ਆ, ਤੇ ਇਹ ਉੱਥੇ ਪੱਕਾ ਹੋ ਜਾਏਗਾ, ਇਹਦੀ ਸੈਟਲਮੈਂਟ ਹੋ ਜਾਏਗੀ, ਇਹਦਾ ਵਿਆਹ ਇੱਥੇ ਦੀ ਕੁੜੀ ਦੇਖੀ ਹੋਈ ਹੈ, ਵਿਆਹ ਕਦੋਂ ਤੱਕ ਹੈ? ਜਿਹੜੀ ਇਹਨੇ ਉੱਥੇ ਲੱਭੀ ਹੋਈ ਉਹਦਾ ਕੀ ਕਰੀਏ? ਉੱਥੇ ਫਿਰ ਹੁਣ ਲੱਭੀ ਹੋਈ ਹੈ ਤੇ ਕੀ ਕਰੀਏ ਫਿਰ ਹੁਣ, ਵਿਆਹ ਤੁਸੀਂ ਮੈਨੂੰ ਦੱਸੋ ਨਾ, ਮੈਂ ਤਾਂ ਤੁਹਾਨੂੰ ਦੱਸਤਾ। ਹਾਂਜੀ, ਪਹਿਲੀ ਗੱਲ ਤਾਂ ਇਹ ਕਿ ਭੈਣ ਜੀ ਇੱਕ ਜ਼ਿੰਦਗੀ ਮੇਰੀ ਗੱਲ ਯਾਦ ਰੱਖਿਓ,
ਤੁਸੀਂ ਸਾਰੀ ਜ਼ਿੰਦਗੀ ਦੁੱਖ ਦੇਖਿਆ ਹੈ। ਹਾਂਜੀ। ਤੇ ਜਦੋਂ ਵੀ ਤੁਸੀਂ ਕਿਸੇ ਦਾ ਵੀ ਫਾਇਦਾ ਕਰਦੇ ਹੋ ਨਾ ਰਿਸ਼ਤੇਦਾਰ ਦਾ, ਹਾਂਜੀ, ਉਹ ਤੁਹਾਡੀ ਬੇਇੱਜ਼ਤੀ ਕਰਦੇ ਆ। ਕਰਦੇ ਆ। ਪਹਿਲੀ ਗੱਲ ਤਾਂ ਕਿਸੇ ਦਾ ਤੁਸੀਂ ਕੁਛ ਨਹੀਂ ਕਰਨਾ। ਅੱਛਾ। ਖਾਸ ਤੌਰ ਤੇ ਸ਼ਰੀਕੇ ਵਾਲਿਆਂ ਤੋਂ ਦੂਰ ਰਹੋ। ਠੀਕ ਹੈ ਜੀ। ਇੱਕ ਤੁਹਾਡਾ ਬੱਚਾ ਜਿਹੜਾ ਹੈ, ਦੇਖੋ ਮੈਂ ਗੱਲ ਕਰੂੰਗਾ ਖਰੀ, ਤੁਸੀਂ ਇੱਥੇ ਕਿਸੇ ਨਾਲ ਕੋਈ ਵਾਅਦਾ ਨਹੀਂ ਕਰਨਾ, ਨਾ ਤੁਹਾਡੇ ਬੱਚੇ ਨੇ ਇੱਥੇ ਵਿਆਹ ਕਰਾਉਣਾ। ਦੇਖੋ ਆਪਾਂ ਹਾਂਜੀ, ਤੇ ਜਿਹੜੀ ਉਹਨੇ ਉੱਥੇ ਰੱਖੀ ਹੋਈ ਉਹ ਭੂਆ ਕਿੱਥੇ ਜਾਊਗੀ। ਜਦੋਂ ਮੈਂ ਇੱਕ ਗੱਲ ਮੁਕਾਤੀ ਕਿ ਤੁਹਾਡੇ ਲੜਕੇ ਨੇ ਤੁਹਾਡੇ ਕਹਿਣ ਤੇ ਸ਼ਾਦੀ ਨਹੀਂ ਕਰਨੀ, ਇੱਕ ਚੀਜ਼ ਹੋਰ ਨੋਟ ਕਰੋ, ਤੁਸੀਂ ਮੈਨੂੰ ਡੇਟ ਔਰ ਟਾਈਮ ਦਿੱਤਾ ਹੈ, ਮੈਂ ਤੁਹਾਡੇ ਬੱਚੇ ਦੀ ਸਾਰੀ ਹਿਸਟਰੀ ਕੱਢ ਕੇ ਰੱਖ ਦੇਣੀ ਹੈ। ਪਰ ਜੇ ਗੱਲ ਨਹੀਂ ਹੋਣੀ ਹੁੰਦੀ ਮੈਂ ਕਹਿੰਦਾ ਹੋਣੀ ਨੀ, ਜੇ ਹੋਣੀ ਹੈ ਤਾਂ ਕਹਿ ਦੇਣਾ, ਨਹੀਂ ਹੋਣੀ ਤਾਂ ਕਹਿ ਦੇਣਾ। ਦੂਜੇ ਨੰਬਰ ਤੇ ਤੁਹਾਡੇ ਬੱਚੇ ਦਾ ਦਿਲ ਬੜਾ ਕਮਜ਼ੋਰ ਹੈ, ਰੋਹ ਬੜੀ ਜਲਦੀ ਪੈਂਦਾ, ਬੜੀ ਜਲਦੀ, ਤੇ ਇੱਕ ਕਿਤੇ ਵੀ ਕੋਈ ਕਿਸੇ ਦੀ ਟੈਨਸ਼ਨ ਵਾਲੀ ਗੱਲ ਸੁਣ ਕੇ ਵੀ ਰੋ ਪੈਂਦਾ, ਫਿਲਮ ਦੇਖਦਾ ਦੇਖਦਾ ਵੀ ਰੋ ਪੈਂਦਾ, ਪੁਲਿਸ ਨੂੰ ਦੇਖ ਕੇ ਲੱਤਾਂ ਕੰਬਣ ਲੱਗ ਜਾਂਦੀਆਂ, ਹਰ ਇੱਕ ਬੰਦੇ ਦੇ ਵਿੱਚ ਮਿਕਸ ਹੋ ਜਾਂਦਾ। ਹਾਂਜੀ, ਬਹੁਤ ਜਲਦੀ। ਤੇ ਇਹਨੂੰ ਵੀ ਸਾਰੇ ਖਾਣ ਵਾਲੇ ਟੱਕਰੇ ਹੋਏ ਆ, ਟੱਕਰੇ ਹੋਏ ਆ। ਠੀਕ ਹੈ, ਤੁਸੀਂ ਸਭ ਤੋਂ ਪਹਿਲੇ ਹੋ ਜੂਗਾ, ਅੱਛੇ ਪੱਕਾ ਹੋ ਜੂਗਾ। ਪਹਿਲੇ ਮੇਰੀ ਗੱਲ ਤਾਂ ਸੁਣ ਲਓ, ਆਪਦਾ ਹੀ ਘੋੜਾ ਭਜਾਈ ਜਾਂਦੇ ਹੋ ਤੁਸੀਂ। ਜੇ ਤੁਹਾਡੇ ਬੱਚੇ ਦੀ ਤੁਹਾਨੂੰ ਚਿੰਤਾ ਤੇ ਮੈਨੂੰ ਆਣ ਕੇ ਮਿਲਣਾ। ਕਿੰਨੇ ਵਜੇ ਕਦੋਂ ਮਿਲਦੇ ਹੋ ਤੁਸੀਂ? ਅਸੀਂ ਦੂਰੋਂ ਆਣਾ। ਕਿੱਥੋਂ ਦੂਰੋਂ ਆਣਾ? ਜਮਨਾ ਨਗਰ। ਜਮਨਾ ਨਗਰ ਤੋਂ? ਕੋਈ ਦਿੱਕਤ ਨੀ, ਸਵੇਰੇ 7 ਤੋਂ 7 ਮੈਂ ਬੈਠਾ ਹੁੰਦਾ ਜੀ। ਨਹੀਂ, ਫੋਨ ਕਰਕੇ ਆਈਏ ਕਿਸੇ ਦਿਨ ਵੀ ਆ। ਦੇਖੋ ਜੀ, ਹਲੇ ਮੇਰੀ ਕੋਈ ਛੁੱਟੀ ਨਹੀਂ ਹੈਗੀ, ਮੈਂ ਜਦੋਂ ਫੋਰਨ ਜਾਣਾ ਹੁੰਦਾ ਮੈਂ ਦੱਸ ਦਿੰਦਾ। ਹਲੇ ਮੇਰਾ 5-7 ਦਿਨ ਦਾ ਕੋਈ ਪ੍ਰੋਗਰਾਮ ਨੀ ਹੈਗਾ, ਹਲੇ ਇੱਥੇ ਹੀ ਆ ਮੈਂ। ਠੀਕ ਹੈ ਜੀ। ਦੂਜੇ ਨੰਬਰ ਤੇ ਕੋਈ ਦਿੱਕਤ ਵਾਲੀ ਗੱਲ ਨੀ, ਤੁਸੀਂ ਆ ਸਕਦੇ ਹੋ। 5-10 ਮਿੰਟ ਤੋਂ ਵੱਧ ਵਾਰੀ ਨੂੰ ਟਾਈਮ ਨੀ ਲੱਗਣਾ। ਠੀਕ ਹੈ ਜੀ। ਤੁਹਾਡਾ ਮੁੰਡਾ ਮੈਂ ਅਗਲੇ ਸਾਲ ਅਪ੍ਰੈਲ ਤੋਂ ਬਾਅਦ ਇਹਦਾ ਯੋਗ ਬਣਵਾ ਦੂੰਗਾ, ਲੇਕਿਨ ਸਭ ਤੋਂ ਪਹਿਲੇ ਨੰਬਰ ਤੇ ਬੱਚੇ ਦਾ ਜਿਹੜਾ ਟਾਈਮ ਖਰਾਬ ਹੈ ਨਾ, ਉਹਨੂੰ ਆਪਾਂ ਠੀਕ ਕਰੀਏ, ਬੱਚੇ ਨੂੰ ਦਲੇਰ ਕਰੀਏ। ਪਰ ਇੱਕ ਚੀਜ਼ ਜ਼ਰੂਰ ਹੈ, ਤੁਹਾਡਾ ਬੱਚਾ ਜੇ ਘਰੋਂ ਨਿਕਲਿਆ ਨਾ, ਇਹਨੇ ਆਪਦੀ ਰੈਪੂਟੇਸ਼ਨ ਬਣਾਈ ਹੈ, ਖਰਾਬ ਨਹੀਂ ਕੀਤੀ, ਲੋਕ ਇਹਨੂੰ ਸਲਾਹਦੇ ਹੈ। ਪਰ ਜਿਹੜਾ ਵਕਤ ਮਾੜਾ ਹੁੰਦਾ ਨਾ, ਉਸ ਵਕਤ ਨੂੰ ਕੱਢਣਾ, ਟਾਈਮ ਪਾਸ ਕਰਨਾ, ਉਹਦੇ ਚੋਂ ਨਿਕਲਣਾ ਬਹੁਤ ਔਖਾ, ਕਿਉਂਕਿ ਇੱਥੇ ਆਪਾਂ ਸਾਰੇ ਭੈਣ ਭਰਾ ਮਾਂ ਬਾਪ ਸਾਰੇ ਬੈਠੇ ਹੁੰਦੇ ਹੈ, ਉੱਥੇ ਬੱਚਾ ਇਕੱਲਾ ਫਾਈਟ ਕਰਦਾ ਹੈ। ਦੂਜੇ ਨੰਬਰ ਤੇ ਹਾਲੇ ਕਿ ਮੈਂ ਇੱਕ ਚੀਜ਼ ਜਾਣਦਾ ਹਾਂ, ਮੈਂ ਬੜੀਆਂ ਕੰਟਰੀਆਂ 'ਚ ਗਿਆ ਹਾਂ, ਹਾਲੇ ਕਿ ਜੋ ਅਮੈਰੀਕਾ ਦੇ ਵਿੱਚ ਲੋਕਾਂ ਦੇ ਸੁਭਾਅ ਹੈ, ਹਮਦਰਦੀ ਹੈ, ਪਿਆਰ ਹੈ, ਉਹ ਕਿਸੇ ਮੁਲਕ 'ਚ ਵੀ ਹੈ ਨਹੀਂ। ਕੈਨੇਡਾ ਦੇ ਲੋਕ ਥੋੜੇ ਜਿਹੇ ਰੁੱਖੇ, ਇੰਗਲੈਂਡ ਦੇ ਲੋਕ ਜਮਾਂ ਹੀ ਰੁੱਖੇ, ਕਿਸੇ ਭੈਣ ਭਰਾ ਦੇ ਕੋਲੇ ਚਲ ਜਾਓ ਉਹਦੀ ਜਾਨ ਨਿਕਲ ਜਾਂਦੀ ਹੈ 2 ਪਾਉਂਡ ਦੇਣ ਲੱਗੇ, ਤੇ ਕਿਸੇ ਬੰਦੇ ਨੇ ਰਹਿ ਨਹੀਂ ਦੇਣੀ ਵੀ ਇੱਥੇ ਕੰਮ ਲੱਗ ਜਾ ਜਾਂ ਕਰ ਲੈ, ਕਿਉਂਕਿ ਹਰ ਕੰਟਰੀ ਦਾ ਹਰ ਜਗ੍ਹਾ ਤੇ ਮੈਂ ਜਾ ਕੇ ਆਉਂਦਾ। ਲੇਕਿਨ ਮੈਨੂੰ ਸਭ ਦੇ ਸੁਭਾਅ ਪਤਾ, ਤੁਹਾਡੇ ਬੱਚੇ ਨੂੰ ਆਪਾਂ 2-4 ਕੰਮ ਅਪਾਏ ਕਰਾਵਾਂਗੇ, ਤੁਸੀਂ ਮੈਨੂੰ ਆ ਕੇ ਜਦੋਂ ਮਰਜ਼ੀ ਮਿਲ ਲਓ। ਇੱਕ ਬੱਚੇ ਨੂੰ ਕਹਿ ਦੇਣਾ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ, ਕਿਸੇ ਦੀ ਜ਼ਿੰਮੇਵਾਰੀ ਨਹੀਂ ਚੱਕਣੀ, ਕਿਸੇ ਨੂੰ ਪੈਸਾ ਉਧਾਰਾ ਨਹੀਂ ਦੇਣਾ, ਬਗੈਰ ਜੋੜ ਤੋਂ ਚਾਂਦੀ ਦਾ ਘੜਾ ਫੜ, ਤੇ ਦੁੱਧ ਇਹਦੇ ਵਾਸਤੇ, ਦਹੀਂ ਦੁੱਧ ਇਹਦੇ ਵਾਸਤੇ ਬਿਲਕੁਲ ਹਾਨੀਕਾਰਕ ਹੈ, ਇਹਨੇ ਵਾਈਟ ਦੁੱਧ ਨਹੀਂ ਪੀਣਾ। ਜੈ ਸ਼੍ਰੀ ਰਾਮ। ਹੈਲੋ ਹੈਲੋ ਹਾਂਜੀ, ਰਾਮ ਰਾਮ ਜੀ। ਰਾਮ ਰਾਮ ਜੀ, ਡੇਟ ਔਰ ਟਾਈਮ ਦੱਸੋ। ਹਾਂਜੀ, 7-3-1981। 7-3-1981 ਜਨਮ ਦਾ ਟਾਈਮ? ਹਾਂਜੀ, 7:25 PM ਸ਼ਾਮ ਦਾ। ਹਾਂਜੀ, ਕੀ ਬੁਣਨਾ ਚਾਹੁੰਦੇ ਹੋ? ਹਾਂਜੀ, ਇਹਨਾਂ ਨੇ ਨਾ 2013 ਤੋਂ 2013 ਤੋਂ ਕੀ ਹੈ ਜੀ? ਦਵਾਈ ਨਹੀਂ ਚੁੱਕਦੀ ਸੀ, ਕਲੀ ਸਿਰ ਦਰਦ ਹੁੰਦਾ ਸੀ। ਤੁਸੀਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸੰਗਰੂਰ ਤੋਂ। ਇਹ ਲੜਕਾ ਲੜਕਾ ਹੈ ਕਿ ਲੜਕੀ? ਹਾਂਜੀ, ਲੜਕਾ। ਤੁਹਾਡਾ ਕੀ ਲੱਗਦਾ ਹੈ? ਹਸਬੰਡ। ਇੱਕ ਤਾਂ ਤੁਸੀਂ ਆਪਦੇ ਘਰ 'ਚ ਕਦੇ ਖੁਸ਼ੀ ਨਹੀਂ ਮਨਾਉਣੀ। ਅੱਛਾ ਜੀ। ਇਹਨਾਂ ਦਾ ਜਨਮ ਕਿੱਥੇ ਦਾ ਹੈਗਾ? ਟੱਪਾ ਮੰਡੀ। ਤੇ ਨਾਲ ਇਹਨਾਂ ਦੇ ਕੌਣ ਕੌਣ ਰਹਿੰਦਾ ਹੈ? ਅਸੀਂ ਬਸ, ਇਹਨਾਂ ਦੀ ਮਦਰ ਨੇ, ਫਾਦਰ ਦੀ ਡੈਥ ਹੋ ਗਈ ਆ, ਇੱਕ ਬੇਟਾ ਸਾਡਾ। ਬ੍ਰਦਰ ਕਿੰਨੇ ਇਹਨਾਂ ਦੇ? ਨਹੀਂ, ਕੋਈ ਨਹੀਂ ਹੈਗਾ, ਇਹਨਾਂ ਦੇ ਸਿਸਟਰ ਹੈ, ਇੱਕ ਬ੍ਰਦਰ ਸਿਸਟਰ ਬਸ।
एक गल मेरी जिंदगी च याद रखियो, हाँ जी, अगर तुसी रज के रोटी खानी है ते ए बच्चा आपदी मां तो दूर हो जाए, ठीक है जी, मां नू पैसे दवो, दूजे शहर च काम करन लग जाए, मालो माल हो जू, अच्छा जी, और 800 ग्राम सिक्के दे 8 पीस करके 2 सुके नारियल पानी च जल प्रवाह करने शनिवार नू, ठीक है जी, वड्डी नहर च, ठीक है जी, ते 2 किलो पीली सरों वाइट कपड़े च आपदे सराहने रखनी, ठीक है जी, सिंपल जे मेरे उपाय करने हैं ते बुरश 2 वारी दिहाड़ी च करना है, अच्छा जी, दही दे विच नींबू दा रस ते सरों दा तेल मिक्स करके मल के शरीर ते नहाना है, शुक्रवार वाले दिन 2 आड़ू दीआं गिटकां लै लैणियां, उहनूं विचों कटिंग करा लैणी है, गिरी सिट देनी उहदे च सुरमा रख के सैलो टेप नाल बन के जमीन दे विच दबना, शुक्रवार नूं 2 गिटकां खाली जगह च, उस तों बाद मैनूं फोन करना 7 दिनां बाद, रुपये दे विचों 90 पैसे फर्क पै जाऊगा, सेहत नूं जय श्री राम। हैलो, हाँ जी, डेट और टाइम दसो, टाइम जी 19/5/1967, किन्ना जी, 19/3/1967, 19/3/1967, जन्म दा टाइम 10:30 सुबह दा, हाँ जी, केड़ी जगह तो बोल रहे हो भरा जी, ग्राहे तो, हाँ जी, की पूछना चाहते हो, कारा दी वर्कशॉप है, काम तुहाडा 2010 तो कटिया के 2015 तो कटिया, मतलब 2010 तो पहला कट गया, नहीं 2010 तो पहले नहीं कटिया, 2010 ਦੇ ਸਟਾਰਟਿੰਗ ਦੇ ਵਿੱਚ ਘਟਿਆ, ਹਾਂਜੀ 2000 ਸਟਾਰਟਿੰਗ ਦੇ ਵਿੱਚ ਘਟਿਆ, ਇੱਕ ਮੈਨੂੰ ਇਹ ਦੱਸੋ ਕਿ ਤੁਹਾਡੇ ਨਾਲ ਕੋਈ ਘਰ ਦਾ ਹੋਰ ਵਿਅਕਤੀ ਹੈਗਾ ਕਿ ਨਹੀਂ, ਮੇਰਾ ਭਰਾ ਸੀਗਾ, ਉਹ ਕਦੋਂ ਤੋਂ ਅੱਡ ਹੋ ਗਿਆ, ਉਹ ਅੱਡ ਹੋਈ ਨਹੀਂ, ਮੇਰੇ ਖਿਆਲ ਨਾਲ ਸਾਡਾ ਡਿਸਪਿਊਟ ਚੱਲ ਰਿਹਾ 8 ਸਾਲ ਹੋ ਗਏ, ਬਸ ਉਸ ਤੋਂ ਬਾਅਦ ਤੁਸੀਂ ਮਿੱਟੇ, ਹਾਂਜੀ ਹਾਂਜੀ, ਮੇਰੀ ਇੱਕ ਚੰਗੀ ਤਰ੍ਹਾਂ ਗੱਲ ਸੁਣੋ, ਹਾਂਜੀ, ਜ਼ਿੰਦਗੀ ਦੇ ਵਿੱਚ ਕੋਈ ਵੀ ਬੰਦਾ ਹੈ, ਹਾਂਜੀ, ਉਹ ਪਹਿਲੇ ਆਪਾਂ ਕਹਿੰਦੇ ਨਾ ਕਰਮਾਂ ਦੀ ਖੱਟੀ, ਹਾਂਜੀ, ਮੈਂ ਪਤਾ ਕੀ ਕਹਿੰਦਾ, ਹਾਂਜੀ, ਮੈਂ ਕਹਿੰਦਾ ਜਵਾਨ ਦੀ ਖੱਟੀ, ਜਵਾਨ ਦੀ, ਜਵਾਨ ਦੀ ਖੱਟੀ, ਅੱਛਾ ਜੀ, ਆਪਣੀ ਬਣੀ ਕਿੱਦਾਂ ਦੀ, ਆਪਾਂ ਲੋਕਾਂ ਨਾਲ ਕਿੱਦਾਂ ਦਾ ਵਰਤਾਪ ਕਰਦੇ ਆ, ਵਧੀਆ, ਮੇਰੀ ਇੱਕ ਆਦਤ, ਮੇਰੀ ਗੱਲ ਤਾਂ ਸੁਣ ਲਓ, ਹਾਂਜੀ, ਮੇਰੀ ਇੱਕ ਆਦਤ ਹੈ, ਮੈਂ ਟੀਵੀ ਤੇ ਬਹੁਤ ਕੋਰਾ ਬੋਲਦਾ ਆ, ਹਾਂਜੀ, ਪਰ ਮੈਂ ਬੰਦਿਆਂ ਨੂੰ ਗੁਰ ਬਹੁਤ ਦੇ ਜਾਂਦਾ ਆ, ਦੱਸੋ ਗੁਰ, ਹਾਂਜੀ, ਤੁਸੀਂ ਅੱਜ ਤੋਂ ਬਾਅਦ खुश ज्यादा रहना, हाँ जी, नहाने तो पहले, नहाने तो बाद सरों का तेल मलना, नहाने तो पहला ते बाद च, बाद च भी तेल मलना सरों का, अच्छा जी, कीकर दी दातन करनी है, कीकर दी दातन करनी है, लोहे का कड़ा पा के रखना है, ठीक है जी, ते जदो भी तुहाडा मन करे, हाँ जी, एक तां तुसीं सरदार हो के मोने हो, मैं सरदार हां, पहला मोना सिंह सरदार बन गया जी, कोई दिक्कत नहीं, पूरे बन ठान के रहना है, परफ्यूम लगाना है, एक नहान तो बाद सोना नहीं, एक जेड़े कपड़े नू हाथ पै जे वार वार कपड़ा नहीं बदलना, अच्छा जी, ते एक खुले होके नहीं सोना, अच्छा जी, नहान लगे लैटरिन जान लगे टाइम ज्यादा नहीं लगाना, ठीक है जी, ए मेरे पहले फार्मूले करो, ते कदे कदे पिपल थले 5-7 मिनट बह जाया करो, ठीक है जी, टाइम कोई भी सवेर दा होवे, दिन च भी दा टाइम ना होवे, ठीक है जी, ते उस तो बाद मेरे ना तुसी 15 दिन बाद गल करनी, तुहानू किन्ना फर्क पिया है, ठीक है जी, ते घर दे विच फर्क पै जूगा, कीड़ियां दे पौण ते तिल चावली पानी, कारोबार नू भी फर्क पऊगा, ठीक है जी, ते कुछ फार्मूले तुहानू मैं बाद च दऊंगा, पहले मेरे एक फार्मूले करो, ठीक है जी, तुहानू वैसे सही मायने विच पता की है, हां जी, जिद्दां आपां एक स्कूटर लै लईए नवां, हां जी, ओदियां लाइटां जगदियां होण, ओदे टायर टुप्पां च हवा होवे, इंजन होवे, स्टार्ट होवे, सब कुछ होई जांदा है, लेकिन जो बंदा बहुत वो तेज नहीं चलता, की नुकस होगा, आप स्कूटर नवा ले लिया, ओदिया लाइटा ठीक है, टायर ट्यूब ठीक है, इंजन ठीक है, स्टार्ट वधिया हो रहा है, उस तो बाद आप चलाने चली जाता, लेकिन वह भजदा नहीं, ओदे च नुकस की होगा, कलच प्लेटा उड गई तो समझ लो गया, हाँ जी,
ਇਹ ਚੀਜ਼ਾਂ ਤੁਹਾਡੇ ਚ ਹੈਗੀਆਂ, ਤੁਹਾਡੀਆਂ ਪੰਜਾਬੀ ਚ ਕਲਚ ਪਲੇਟਾਂ ਉੱਡ ਗਈਆਂ। ਅੱਛਾ, ਹੁਣ ਤੁਹਾਨੂੰ ਤੇਜ਼ ਕਰਨ ਵਾਸਤੇ ਕੁਛ ਨਹੀਂ ਕਰਨਾ, ਪਹਿਲੇ ਮੇਰੇ ਫਾਰਮੂਲੇ ਹੈਗੇ ਆ, ਜੇ 30-40% ਠੀਕ ਹੋ ਗਏ ਫਿਰ ਤੁਹਾਨੂੰ ਮੈਂ ਦੱਸਣਾ ਵੀਰ ਜੀ ਆਹ ਨਗ ਪਾ ਲਓ, ਤੇ ਜੇ ਤੁਸੀਂ ਪਿੱਛੇ ਮੁੜ ਕੇ ਦੇਖ ਲਿਆ ਤੇ ਮੈਂ ਲਿਖ ਕੇ ਦੇ ਦੂੰਗਾ ਤੁਹਾਨੂੰ। ਜੈ ਸ਼੍ਰੀ ਰਾਮ। ਹੈਲੋ 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 ਪੰਡਿਤ ਜੀ, ਰਾਮ ਰਾਮ। ਰਾਮ ਰਾਮ ਜੀ। ਪੰਡਿਤ ਜੀ ਮੇਰਾ ਨਾ ਵਿਆਹ ਨਹੀਂ ਹੁੰਦਾ ਪਿਆ। ਵੀਰ ਜੀ ਡੇਟ ਔਰ ਟਾਈਮ ਦੱਸੋ। 9 ਅਕਤੂਬਰ 1987। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਅੰਮ੍ਰਿਤਸਰ ਤੋਂ। 9 ਅਕਤੂਬਰ 1987। ਜਨਮ ਦਾ ਟਾਈਮ? 7:53 ਸ਼ਾਮ ਦਾ। 7:53 ਸ਼ਾਮ ਦੇ ਕੀ ਕੰਮ ਕਰਦਾ? ਮੈਂ ਤੇ ਹਜੇ ਵੈਸੇ ਪ੍ਰਾਈਵੇਟ ਜੋਬ ਕਰਦਾ। 15,000 ਕੱਪੜੇ ਦੇ। ਕੋਈ ਗੱਲ ਨੀ, 15,000 ਤਨਖਾਹ ਤਾਂ ਫਿਰ ਕੀ ਹੋ ਗਿਆ? ਹਾਂਜੀ, ਤੇ ਆਪਣਾ ਵਿਆਹ ਨੀ ਹੁੰਦਾ, ਰਿਸ਼ਤੇ ਆਉਂਦੇ ਆ ਮਨਾ ਕਰ ਦਿੰਦੇ ਆ। ਕਿਉਂ? ਬਸ ਏਦਾਂ ਹੀ ਕਹਿੰਦੇ ਮੁੰਡਾ ਪੈਸੇ ਘੱਟ ਕਮਾਉਂਦਾ ਏਦਾਂ। ਇੱਕ ਗੱਲ ਮੇਰੀ ਸੁਣ ਲਓ। ਹਾਂਜੀ। ਕੋਈ ਮੁੰਡਾ ਪੈਸੇ ਨੀ ਗੱਲ ਹੁੰਦੀ। ਹਾਂਜੀ, ਗੱਲ ਸਾਰੀ ਗ੍ਰਹਿਵਾਂ ਦੀ ਹੁੰਦੀ ਹੈ। ਅੱਛਾ ਜੀ। ਪਹਿਲੇ ਨੰਬਰ ਤੇ ਬਹੁਤ ਚੰਗੀ ਗੱਲ ਹੈ ਕਿ ਤੇਰਾ ਕੁਆਰੇ ਹੁੰਦੇ ਦਾ ਮੇਰੇ ਤੇ ਫੋਨ ਤੇ ਗੱਲ ਹੋਈ ਹੈ। ਹਾਂਜੀ। ਜੇ ਵਿਆਹ ਹੀ ਹੋਈ ਤਾਂ ਹੁੰਦੀ ਤੇ ਤਲਾਕ ਦੀ ਗੱਲ ਹੁੰਦੀ। ਅੱਛਾ ਠੀਕ ਹੈ। ਡੁਪਲੀਕੇਟ ਮੈਰਿਜ ਕਰਕੇ ਮੈਰਿਜ ਕਰਵਾਉਣੀ ਹੈ। ਅੱਛਾ, ਡੁਪਲੀਕੇਟ ਮੈਰਿਜ ਕਰਕੇ? ਹਾਂ, ਕਿਸੇ ਪੰਡਿਤ ਜੀ ਕੋਲੇ ਚਲੇ ਜੀ। ਠੀਕ ਹੈ ਜੀ। ਉਹਨਾਂ ਕਹੇ ਮੇਰਾ ਡੁਪਲੀਕੇਟ ਮੈਰਿਜ ਕਰ ਦਿਓ। ਨਹੀਂ ਡਾਕਟਰ, ਮੈਂ ਤੁਹਾਨੂੰ ਮਿਲਣਾ ਹੀ ਤੁਹਾਨੂੰ। ਮੈਨੂੰ ਮਿਲਣਾ ਜਦੋਂ ਮਰਜ਼ੀ ਮਿਲ ਲਓ ਭਰਾਵਾ, ਕੋਈ ਦਿੱਕਤ ਨਹੀਂ। ਸਵੇਰੇ 7:00 ਬੈਠੇ ਆ। ਕਿਹੜੇ ਸ਼ਹਿਰ ਚ ਮਿਲਦੇ? ਬੱਸ ਅੱਡੇ ਉਤਰ ਕੇ ਕਿਸੇ ਨੂੰ ਬੋਲੋ ਦਵਿੰਦਰ ਵਰਮਾ ਪੰਡਿਤ ਜੀ ਜਾਣਾ, ਤੁਹਾਨੂੰ ਸਾਰੇ ਰਕਸ਼ਿਆਂ ਵਾਲੇ ਦੱਸ ਦੂਗੇ। ਕਿਹੜੇ ਸ਼ਹਿਰ ਚ? ਮਾਡਲ ਗ੍ਰਾਮ ਸੰਪੂਰਨ ਕਾਲੋਨੀ ਲੁਧਿਆਣਾ। ਲੁਧਿਆਣੇ? ਠੀਕ ਹੈ ਜੀ। ਦੱਸ ਪਰ ਮੈਂ ਆਵਾਂਗਾ ਤੁਹਾਡੇ ਕੋਲ 2-4 ਦਿਨਾਂ ਤੱਕ ਆ ਜਾਣਾ। ਕੋਈ ਗੱਲ ਨੀ, ਜਦੋਂ ਮਰਜ਼ੀ ਆ ਜਾ, ਸੁਣ ਲੈ। ਅੱਛਾ ਜੀ। ਇੱਕ ਤੇਰੇ ਹਾਰ ਤੇ ਹਲਕਾ ਜਿਹਾ ਦਰਦ ਹੁੰਦਾ ਕਦੇ ਕਦੇ। ਹਾਂਜੀ। ਫੇਸ ਤੇ ਤੇਰੇ ਚੋੜ ਦਾ ਨਿਸ਼ਾਨ ਹੈ ਤੇ ਤੇਰਾ ਹਰੇਕ ਬੰਦਾ ਤੇਰੇ ਨਾਲ ਪਿਆਰ ਪਾ ਕੇ ਤੇਰਾ ਦੁਸ਼ਮਣ ਬਣ ਜਾਂਦਾ। ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ। ਜਿੱਤ ਤੇਰੀ ਹੁੰਦੀ ਹੈ। ਹਾਂਜੀ ਹਾਂਜੀ, ਠੀਕ ਹੈ। ਰਹਿ ਗਈ ਹੁਣ ਵਿਆਹ ਦੀ ਗੱਲ। ਹਾਂਜੀ। ਵਿਆਹ ਤੇਰਾ ਹਾਂਜੀ ਨਾ ਇਸ ਸਾਲ ਹੋਵੇ। ਹਾਂਜੀ ਹਾਂਜੀ। ਅਗਲੇ ਸਾਲ ਹੋਲੀਆਂ ਤੋਂ ਬਾਅਦ ਤੇਰਾ ਵਿਆਹ ਹੋਣਾ। ਅੱਛਾ ਜੀ। ਐਤਕੀ ਕੋਈ ਕੋਸ਼ਿਸ਼ ਨਾ ਕਰ, ਫਰਵਰੀ ਤੋਂ ਜਨਵਰੀ ਫਰਵਰੀ ਚ ਕੋਸ਼ਿਸ਼ ਕਰ। ਠੀਕ ਹੈ ਜੀ। ਤੇ ਤੇਰਾ ਹੋਲੀਆਂ ਤੋਂ ਬਾਅਦ ਵਿਆਹ ਹੋਣਾ। ਚਲੋ ਡਾਕਟਰ ਸਾਹਿਬ, ਬਹੁਤ ਵਧੀਆ ਹੋ ਗਿਆ। ਠੀਕ ਹੈ, ਲਿਖ ਕੇ ਮੇਰੀ ਗੱਲ ਰੱਖ ਲੈ। ਹਾਂਜੀ। ਡੁਪਲੀਕੇਟ ਵਿਆਹ ਪਹਿਲੇ ਕਰਾ ਲੈ। ਠੀਕ ਹੈ ਜੀ। ਸੂਰਜ ਨੂੰ ਜਲ ਦੇਣਾ। ਠੀਕ ਹੈ ਜੀ। ਤੇ ਰੋਟੀ ਜਿੱਥੇ ਬੰਦੀ ਬੈਠ ਕੇ ਖਾਣੀ। ਹਾਂਜੀ। ਤੇ ਤੇਰੀ ਹਰ ਕੰਮ ਚ ਭਕਾਈ ਬੜੀ ਹੁੰਦੀ ਹੈ। ਹਾਂਜੀ ਸਹੀ ਗੱਲ ਹੈ। ਪੀਲਾ ਧਾਗਾ ਗਲ ਚ ਪਾਣਾ। ਠੀਕ ਹੈ ਜੀ। ਨਾਨ ਤੋਂ ਬਾਅਦ ਕਦੇ ਕਦੇ ਨੱਕ ਸਾਫ਼ ਕਰਨਾ। ਠੀਕ ਹੈ ਜੀ। ਤੇ ਚਾਵਲ ਕੱਚੇ ਦੁੱਧ ਚ ਛਾਵੇਂ ਸੁਕਾ ਕੇ ਆਪਦੇ ਕੋਲੇ ਰੱਖ। ਅੱਛਾ ਜੀ। ਹੁਣ ਜਿਹੜਾ ਬੰਦਾ ਕਹਿੰਦਾ ਨਾ ਵੀ ਤੇਰੀ ਤਨਖਾਹ ਘੱਟ ਹੈ। ਹਾਂਜੀ। ਤੇ ਇੱਕ ਗੱਲ ਮੇਰੀ ਯਾਦ ਰੱਖੀ, ਫਰਵਰੀ ਤੋਂ ਬਾਅਦ ਕਿਸੇ ਬੰਦੇ ਨੇ ਕਹਿੰਦੀ ਮੇਰੀ ਤਨਖਾਹ 5,000 ਰੁਪਈਆ ਹੈ। ਠੀਕ ਹੈ। ਉਹ ਵੀ ਕਹੂਗਾ ਵੀ ਤੇਰਾ ਹੋ ਗਿਆ ਰਿਸ਼ਤਾ। ਚਲੋ ਠੀਕ ਹੈ ਡਾਕਟਰ ਸਾਹਿਬ, ਤੁਹਾਨੂੰ ਮਿਲਾਂਗਾ, ਤੁਸੀਂ ਮੈਨੂੰ ਦੱਸ ਦਿਓ ਪਾਏ ਫਿਰ ਉਹ ਵੀ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਹੈਲੋ। ਹੈਲੋ। ਹਾਂਜੀ, ਡੇਟ ਔਰ ਟਾਈਮ ਬੋਲੋ। ਰਾਮ ਰਾਮ ਪੰਡਿਤ ਜੀ। ਰਾਮ ਰਾਮ ਜੀ। ਮਨੋਜ ਕੁਮਾਰ ਬੋਲ ਰਿਹਾ ਜੀ। ਡੇਟ ਔਰ ਟਾਈਮ ਬੋਲੋ। 3 ਨਵੰਬਰ 1988 ਰਾਤ ਨੂੰ 10:30। 3 ਨਵੰਬਰ 1988। ਮੈਂ ਤੁਹਾਨੂੰ ਹਫਤਾ ਪਹਿਲਾਂ ਵੀ ਕਾਲ ਕੀਤੀ ਸੀਗੀ ਸਰ। ਅੱਛਾ ਜੀ। ਮੇਰਾ ਥੋੜਾ ਜਿਹਾ ਤੁਹਾਨੂੰ ਕਹਿ ਦੀਗਾ ਕਰਜ਼ਾ ਨਹੀਂ ਉਤਰ ਰਿਹਾ। ਭਾਜੀ ਇੱਕ ਹਫਤੇ ਮੈਂ ਕਰਜ਼ਾ ਤਾਂ ਨਹੀਂ ਲਾਣਾ। ਨਹੀਂ ਨਹੀਂ ਸਰ, ਤੁਸੀਂ ਇੱਕ ਮਿੰਟ, ਜੇ ਉਦਣ ਗੱਲ ਹੋਈ ਆ ਤੇ ਤੇਰੇ ਨਾਲ ਗੱਲ ਸਹੀ ਕੀਤੀ ਹੈ ਕਿ ਗਲਤ ਕੀਤੀ ਹੈ? ਬਿਲਕੁਲ ਸਹੀ ਕੀਤੀ ਹੈ ਜੀ। ਤੈਨੂੰ ਗੱਲਾਂ ਸਹੀ ਦੱਸੀਆਂ ਕਿ ਗਲਤ ਦੱਸੀਆਂ? ਬਿਲਕੁਲ ਸਹੀ ਦੱਸੀਆਂ। ਅੱਜ ਮੈਂ ਘੋਲ ਕੇ ਨਹੀਂ ਕੁਝ ਪਾ ਦੇਣਾ, ਉਹੀ ਦੱਸਣਾ। ਠੀਕ ਹੈ ਜੀ। ਪਰ ਵਾਰ-ਵਾਰ ਘੋਲ ਲਾਣ ਦਾ ਕੋਈ ਫਾਇਦਾ ਨਹੀਂ। ਮੈਂ ਹਰ ਇੱਕ ਬੰਦੇ ਨੂੰ ਕਹਿੰਦਾ ਜੇ ਕੋਈ ਤੁਹਾਡੀ ਗੱਲ ਮੇਰੀ ਟੀਵੀ ਤੇ ਹੋ ਗਈ। ਠੀਕ ਹੈ ਜੀ। ਉਸ ਤੋਂ ਬਾਅਦ ਬੰਦੇ ਨੂੰ ਆ ਕੇ ਮਿਲਣਾ ਚਾਹੀਦਾ। ਠੀਕ ਹੈ ਜੀ। ਨੰਬਰ 2, ਜਿਹੜੇ ਅਪਾਏ ਦੱਸੇ ਪਹਿਲੇ ਉਹ ਕਰੋ। ਹਾਂਜੀ ਉਹੀ ਕਰ ਰਿਹਾ ਜੀ, ਦੇ ਵਿੱਚ ਛੱਲਾ ਪਾਲਿਆ ਚਾਂਦੀ ਦਾ ਤੇ 100% ਫਾਇਦਾ ਹੋਊਗਾ, ਉਸ ਤੋਂ ਬਾਅਦ ਆ ਕੇ ਮਿਲੋ। ਇੱਕ ਗੱਲ ਮੇਰੀ ਸੁਣੋ। ਹਾਂਜੀ। ਜਦੋਂ ਆਪਾਂ ਨਵੀਂ ਕਾਰ ਲੈਣ ਜਾਂਦੇ ਆ ਨਾ। ਹਾਂਜੀ। ਆਪਾਂ ਨੂੰ ਏਜੰਸੀ ਵਾਲੇ ਨਾਲ ਬਿਠਾ ਕੇ ਕਹਿੰਦੇ ਬਹਿ ਜਾਓ ਨਾਲ। ਹਾਂਜੀ। ਕਹੂਗੇ ਆ ਲਓ ਚਾਬੀ, ਡਰਾਈਵਰੀ ਲਾਇਸੈਂਸ ਦਵੋ ਆਪਦਾ ਤੇ ਤੁਸੀਂ ਗੱਡੀ ਚਲਾ ਕੇ ਦੇਖ ਲਓ। ਹਾਂਜੀ। ਆਪਾਂ ਗੱਡੀ ਚਲਾ ਕੇ ਦੇਖਦੇ ਹਾਂ, ਗੱਡੀ ਦੀ ਚਾਬੀ ਤਾਂ ਨਹੀਂ ਫੜਾਉਂਦੇ, ਘਰੇ ਲੈ ਜਾ। ਨਹੀਂ ਜੀ। ਏਦਾਂ ਹੀ ਅਸੀਂ ਟੀਵੀ ਤੇ ਤੁਹਾਨੂੰ ਪਹਿਲੇ ਥੋੜੀਆਂ ਗੱਲਾਂ ਦੱਸਦੇ ਆ। ਠੀਕ ਹੈ ਜੀ। ਜਦੋਂ ਸਾਡੇ ਕੋਲੇ ਆਓਗੇ ਅਸੀਂ ਬਹੁਤ ਕੁਝ ਦੱਸਦੇ ਆ। ਐਡਰੈਸ ਕਿੱਥੇ ਜੀ ਆਪਣਾ? ਮਾਡਲ ਗ੍ਰਾਮ ਸੰਪੂਰਨ ਕਲੋਨੀ, ਥੱਲੇ ਐਡਰੈਸ ਲਿਖਿਆ ਵੀ ਆਂਦਾ ਆ। ਮਾਡਲ ਗ੍ਰਾਮ ਸੰਪੂਰਨ ਕਲੋਨੀ ਲੁਧਿਆਣਾ, ਬੱਸ ਅੱਡੇ ਦੇ ਨੇੜੇ ਨਜ਼ਦੀਕ ਕੋਚਰ ਮਾਰਕੀਟ। ਸਭ ਤੋਂ ਵੱਡੀ ਚੀਜ਼ ਪਤਾ ਕੀ ਆ ਵੀਰ ਜੀ? ਆਪਾਂ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਆਪਦੇ ਆਸਤੇ ਰੋਜ਼ ਕਿੰਨੇ ਪੈਸੇ ਖਰਾਬ ਕਰਦੇ ਆ।
ਕਿੰਨਾ ਭੱਜਦੇ ਦੌੜਦੇ ਆ? ਕਦੇ ਕਿਸੇ ਬੰਦੇ ਨੇ ਅੱਜ ਦੀ ਡੇਟ ਦੇ ਵਿੱਚ ਸੋਚਿਆ ਵੀ ਅਸੀਂ ਆਪਦੇ ਗ੍ਰਹਿਮਾ ਬਾਰੇ ਪੁੱਛ ਲਈਏ? ਨਹੀਂ ਜੀ, ਅੱਜ ਹਰੇਕ ਬੰਦੇ ਦੀ ਦੌੜ ਪੈਸੇ ਤੱਕ ਹੋ ਗਈ ਹੈ। ਹਾਂਜੀ ਹਾਂਜੀ, ਔਰ ਮੈਂ ਅੱਜ ਤੋਂ 4 ਸਾਲ ਪਹਿਲੇ ਟੀਵੀ ਤੇ ਬੋਲਦਾ ਹੁੰਦਾ ਸੀ ਵੀ ਤੁਸੀਂ ਘਰੋਂ ਬਾਹਰ ਨਿਕਲੋਗੇ ਤੇ ਪੈਸੇ ਲੱਗਿਆ ਕਰਨੇ ਆ। ਨਹੀਂ ਪੰਡਿਤ ਜੀ, ਹੁਣ ਮਿਲਣ ਦਾ ਸਮਾਂ ਕੱਲ ਕਿੰਨੇ ਵਜੇ ਆਵਾਂ? ਜਦੋਂ ਮਰਜ਼ੀ ਆ ਜਾਓ। ਤੇ ਇਸ ਕੱਲ 10 ਵਜੇ ਮਿਲ ਸਕਦੇ ਆ? 10 ਵਜੇ ਕੱਲ ਜਦੋਂ ਮਰਜ਼ੀ ਆ ਜਾਓ, ਮੋਸਟ ਵੈਲਕਮ। ਜੈ ਸ਼੍ਰੀ ਰਾਮ। ਹੈਲੋ ਹੈਲੋ, ਹਾਂਜੀ, ਡੇਟ ਔਰ ਟਾਈਮ ਦੱਸੋ। ਵੀਰ ਜੀ, ਟੀਵੀ ਤੋਂ ਦੂਰ ਰਹੋ, ਟੀਵੀ ਦੀ ਵੋਲੀਅਮ ਘੱਟ ਰੱਖੋ, ਜਾਂ ਨਹੀਂ ਤਾਂ ਤੁਹਾਡਾ ਫੋਨ ਕੱਟਿਆ ਜਾਣਾ। ਹੈਲੋ ਹੈਲੋ, ਹਾਂਜੀ ਕ੍ਰਿਸ਼ਨਾ ਜੀ ਬੋਲੋ, ਡੇਟ ਔਰ ਟਾਈਮ ਦੱਸੋ। 20 ਮਾਰਚ ਤੇ ਦੂਜਾ ਮਹੀਨਾ। ਉਹ ਵੀਰ ਜੀ, ਤੁਹਾਨੂੰ ਕੋਈ ਬਿਮਾਰੀ ਹੈ? ਟੀਵੀ ਤੋਂ ਦੂਰ ਹੋ ਜਾਓ ਪਹਿਲੇ ਮਾੜਾ ਜਿਹਾ। ਉਹ ਟੀਵੀ ਤੋਂ ਦੂਰ ਹੋ ਜਾਓ ਮਾੜਾ ਜਿਹਾ, ਗਰਮੀ ਚ ਆ ਜਾਓ। ਹੈਲੋ ਹੈਲੋ, ਹਾਂਜੀ ਵੀਰ ਜੀ, ਡੇਟ ਔਰ ਟਾਈਮ ਬੋਲੋ। 2 ਅਕਤੂਬਰ 2002 ਜੀ। 2 ਅਕਤੂਬਰ 2002। ਹਾਂਜੀ। ਜਨਮ ਦਾ ਟਾਈਮ? ਸਵੇਰ 9 ਵਜੇ ਦਾ ਜੀ। ਹਾਂਜੀ, ਕੀ ਪੁੱਛਣਾ ਚਾਹੁੰਦੇ ਹੋ? ਇਹ ਬੱਚਾ ਬੇਟੀ ਹੈ ਜੀ, ਮਤਲਬ ਇਹਦਾ ਕਿੱਦਾਂ ਪੜ੍ਹਾਈ ਦੇ ਵਿੱਚ ਆ ਤੇ ਇੱਕ ਖਿਜਦੀ ਜ਼ਿਆਦਾ ਆ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਜਲੰਧਰ ਤੋਂ ਬੋਲਦੇ ਜੀ, ਬਲਵੀਰ ਸਿੰਘ ਬੋਲ ਰਿਹਾ ਜੀ, ਪੁਲਸੀਆ ਸਾਡਾ ਫਰੈਂਡ। ਅੱਛਾ ਜੀ, ਹਾਂਜੀ, ਕੀ ਪੁੱਛਣਾ ਚਾਹੁੰਦੇ ਹੋ? ਮਤਲਬ ਥੋੜੀ ਖਿਜਦੀ ਜ਼ਿਆਦਾ ਆ, ਉਦਾਂ ਮਤਲਬ ਪੜ੍ਹਾਈ ਦੇ ਵੱਲੇ ਜਾਂ ਕੀ ਫਿਊਚਰ ਰਹੂਗਾ ਇਹਦਾ? ਕੋਈ ਨੀ, ਲਓ ਜੀ, ਹੁਣੇ ਲਓ ਜੀ ਹੁਣੇ। ਪਹਿਲੇ ਨੰਬਰ ਤੇ ਇਹ ਹੈ ਕਿ ਇੱਕ ਤਾਂ ਆਪਾਂ ਇਹਦੇ ਕੋਲੋਂ ਕਣਕ ਤੇ ਗੁੜ ਪਾਣੀ ਚ ਜਲ ਪ੍ਰਵਾਹ ਕਰਵਾਉਣੀ ਹੈ ਇਤਵਾਰ ਵਾਲੇ ਦਿਨ। ਐਤਵਾਰ ਵਾਲੇ ਦਿਨ ਜਦੋਂ ਕਿਤੇ ਤੁਹਾਡਾ ਟਾਈਮ ਲੱਗੇ ਜਾਂ ਕੋਈ ਬੰਦਾ ਚਿੰਤਪੁਰਨੀ ਵਾਲੇ ਪਾਸੇ ਜਾਂਦਾ ਹੋਵੇ, ਬਾਂਦਰ ਨੂੰ ਗੁੜ ਚਨੇ ਤੇ ਕੇਲੇ ਖਵਾਣੇ, ਠੀਕ ਹੈ ਜੀ, ਵਾਰ ਕੋਈ ਵੀ ਹੋਵੇ ਇਹਨੂੰ ਨਾਲ ਲੈ ਜਾਓ। ਜੇ ਨਹੀਂ ਲਿਜਾਣਾ ਤਾਂ ਟਰੱਕ ਯੂਨੀਅਨ ਚ ਕਿਸੇ ਨਾ ਕਿਸੇ ਨੇ ਬਾਂਦਰ ਰੱਖਿਆ ਹੁੰਦਾ ਵੱਡੇ ਸ਼ਹਿਰਾਂ ਚ। ਟਰੱਕ ਯੂਨੀਅਨ ਚ ਪੁੱਛ ਲਓ ਕਿੰਨੇ ਬਾਂਦਰ ਰੱਖਿਆ ਹੋਇਆ, ਉੱਥੇ ਵੀ ਖਵਾ ਸਕਦੇ ਹੋ। ਹੈਗਾ ਜੀ, ਇੱਥੇ ਹੈਗਾ ਸਾਡੀ ਪੁਲਿਸ ਲਾਈਨ ਚ ਹੈਗਾ ਜੀ। ਬਸ ਠੀਕ ਹੈ ਜੀ। ਅੱਛਾ ਜੀ, ਦੂਜੇ ਨੰਬਰ ਤੇ ਹਾਂਜੀ, ਇਸ ਬੱਚੇ ਦਾ ਨਾ ਹਾਂਜੀ ਲੱਤਾਂ ਜ਼ਿਆਦਾ ਦੁਖਦੀਆਂ, ਪਹਿਲੇ ਸਿਰ ਦੁਖਦਾ ਸੀ, ਹੁਣ ਲੱਤਾਂ ਦੁਖਦੀਆਂ, ਅੱਖਾਂ ਚ ਖਾਰਿਸ਼ ਹੁੰਦੀ ਹੈ। ਹਾਂਜੀ, ਸਵੇਰੇ ਉੱਠਦੀ ਅੱਖਾਂ ਜ਼ਿਆਦਾ ਮਲੂਗੀ। ਹਾਂਜੀ, 7 ਬਦਾਮ ਗਿੱਲਾ ਨਾਰੀਅਲ 2-3 ਵਾਰੀ ਜਲ ਪ੍ਰਵਾਹ ਸ਼ਨੀਵਾਰ ਨੂੰ ਕਰਨਾ, ਠੀਕ ਹੈ ਜੀ। ਕਾਲੇ ਮਾਂ 1 ਵਾਰੀ ਧਾਰਮਿਕ ਸਥਾਨ ਤੇ ਦਾਨ ਦੇਣੇ, ਕਿਹੜੇ ਦਿਨ ਜੀ? ਸ਼ਨੀਵਾਰ ਵਾਲੇ ਦਿਨ, ਠੀਕ ਹੈ ਜੀ। ਬਸ 2 ਉਪਾਏ ਮੇਰੇ ਕਰ ਦੋ, ਠੀਕ ਹੈ ਜੀ। ਤੇ ਇੱਕ ਚੀਜ਼ ਦਾ ਧਿਆਨ ਰੱਖਿਓ, ਹਾਂਜੀ, ਇਸ ਬੱਚੇ ਦਾ ਪੁੱਠਾ ਦਿਮਾਗ ਜ਼ਿਆਦਾ ਚੱਲਦਾ, ਸਿੱਧਾ ਘੱਟ ਚੱਲਦਾ। ਹਾਂਜੀ ਹਾਂਜੀ, ਹੈਗਾ ਇਦਾਂ ਥੋੜਾ ਜਿਹਾ। ਤੇ ਇੱਕ ਇਹਨਾਂ ਪੜ੍ਹਾਈ ਤੋਂ ਇਲਾਵਾ ਹਾਂਜੀ ਇਹ ਤੋਂ ਜਿਹੜਾ ਮਰਜ਼ੀ ਕੰਮ ਕਰਾ ਲਓ, ਇੱਕ ਬੰਦਾ ਸਾਲ ਚ ਕੰਮ ਸਿੱਖਿਆ ਇਹ 10 ਦਿਨਾਂ ਚ ਸਿੱਖ ਜੂ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ। ਦੂਸਰੇ ਨੰਬਰ ਤੇ ਇਹ ਜਦੋਂ ਛੋਟੀ ਹੁੰਦੀ ਸੀ ਆਸ ਪੜੋਸ ਵਾਲਿਆਂ ਨੇ ਪਿਆਰ ਬੜਾ ਕੀਤਾ, ਪਰ ਇੱਕ ਚੀਜ਼ ਦਾ ਧਿਆਨ ਰੱਖਿਓ, ਜਿਉਂ ਜਿਉਂ ਇਹ ਵੱਡੀ ਹੋਈ ਜਾਊਗੀ ਇਹਦੇ ਕੰਮ ਖਰਾਬ ਜ਼ਿਆਦਾ ਹੋਊਗੇ, ਬਣੂਗੇ ਘੱਟ। ਹਾਂਜੀ, ਉਹ ਆਪਾਂ ਗੱਲਾਂ ਬਾਅਦ ਚੋਂ ਕਰ ਲਾਂਗੇ, ਡੁਪਲੀਕੇਟ ਸ਼ਾਦੀ ਕਰਕੇ ਇਹਦੀ ਸ਼ਾਦੀ ਕਰਨੀ ਹੈ, ਠੀਕ ਹੈ ਜੀ। ਇਸ ਚੀਜ਼ ਦਾ ਵੀ ਪੂਰਾ ਧਿਆਨ ਰੱਖਣਾ ਹੈ, ਠੀਕ ਹੈ ਜੀ। ਜੈ ਸ਼੍ਰੀ ਰਾਮ। ਮੈਂ ਆਉਂਦਾ ਮੈਡਮ, ਠੀਕ। ਹੈਲੋ ਹੈਲੋ, ਹਾਂਜੀ ਵੀਰ ਜੀ, ਨਮਸਕਾਰ ਜੀ, ਡੇਟ ਔਰ ਟਾਈਮ ਬੋਲੋ। 19 ਸਤੰਬਰ 1988 ਜੀ, ਰਾਤ ਨੂੰ 10 ਵਜੇ। 19 ਸਤੰਬਰ 1988 ਜੀ, ਰਾਤ ਨੂੰ 10 ਵਜੇ। ਹੈਲੋ, ਇੱਕ ਮਿੰਟ ਵੀਰ ਜੀ, 19 ਸਤੰਬਰ 1988 ਰਾਤ ਨੂੰ 10 ਵਜੇ ਜੀ। ਕੀ ਪੁੱਛਣਾ ਚਾਹੁੰਦੇ ਹੋ? ਮੈਂ ਆਪਣੀ ਵਾਈਫ ਬਾਰੇ ਪੁੱਛਣਾ ਜੀ। ਹਾਂਜੀ, ਪੁੱਛਣਾ ਕੀ ਹੈ ਜੀ ਉਹਨਾਂ ਬਾਰੇ? ਉਹ ਮੇਰੇ ਵਿਆਹ ਹੋਏ ਨੂੰ ਜੀ 2 ਸਾਲ ਹੋ ਗਏ, ਮੇਰੇ ਕੋਲ ਇੱਕ ਗੁੜੀ ਹੈ 1.5 ਸਾਲ ਦੀ। ਮੈਨੂੰ ਇਹ ਡੇਟ ਬਰਥ ਕਿਹਦੀ ਦਿੱਤੀ ਹੈ? ਇਹ ਆਪਣੀ ਦਿੱਤੀ ਹੈ ਜੀ, ਆਪਣੇ ਬਾਰੇ ਹੀ ਪੁੱਛਣਾ ਹੈ ਜੀ। ਉਹ ਨਾ ਮਤਲਬ ਉਹ ਘਰ ਚ ਮਤਲਬ ਉਹਦੀ ਬਣਦੀ ਨੀ ਹੈਗੀ ਜੀ ਮੰਮੀ ਪਾਪਾ ਨਾਲ। ਮੇਰੀ ਇੱਕ ਗੱਲ ਸੁਣ ਲਓ, ਹਾਂਜੀ, ਤੁਹਾਡੀ ਮੰਮੀ ਨੇ ਤੇ ਤੁਹਾਡੀ ਮਿਸੀ ਨੇ ਇਕੱਲਿਆਂ ਨੇ ਬੈਠ ਕੇ ਕਦੇ ਇਕੱਠਿਆਂ ਨੇ ਰੋਟੀ ਨੀ ਇੱਕ ਥਾਲੀ ਚ ਖਾਧੀ? ਕਦੇ ਨਹੀਂ ਖਾਧੀ ਨੀ ਜੀ। ਦੂਜੇ ਨੰਬਰ ਤੇ ਤੁਹਾਡੀ ਮੰਮੀ ਹਾਂਜੀ ਸਾਰਿਆਂ ਸਾਹਮਣੇ ਬੈਠੀ ਗਲਾਸ ਤੋੜ ਦੇਵੇ, ਹਾਂਜੀ, ਤੇ ਇਹ ਕਹਦੇ ਕਿ ਤੁਹਾਡੀ ਵੋਟੀ ਨੇ ਗਲਾਸ ਤੋੜਿਆ, ਤੇ ਸਾਰੇ ਲੋਕੀ ਕਹੂਗੇ ਵੋਟੀ ਨੇ ਤੋੜਿਆ।
ਅੱਛਾ ਜੀ। ਦੂਜੇ ਨੰਬਰ ਤੇ ਕੋਈ ਦਿੱਕਤ ਨਹੀਂ, ਪਹਿਲੇ ਮੇਰੇ ਉਪਾਅ ਕਰੋ। ਹਾਂਜੀ। ਤੁਸੀਂ ਵੱਡਿਆਂ ਦੇ ਨਾਮ ਦੀ ਰੋਟੀ ਖਵਾਣੀ ਹੈ ਹਰ ਮਹੀਨੇ 15 ਤਰੀਕ ਨੂੰ। ਅੱਛਾ ਜੀ। ਤੇ ਤੁਸੀਂ ਖੁਦ ਸਿਰ ਢੱਕ ਕੇ ਰੱਖਣਾ, ਕੁੱਤੇ ਦੀ ਸੇਵਾ ਕਰਨੀ ਹੈ। ਠੀਕ ਹੈ ਜੀ। ਇਹ ਪਹਿਲੇ ਮੇਰੇ ਉਪਾਅ ਕਰੋ ਤੇ ਘਰ ਨੂੰ ਕਹਿਣਾ ਵੀਰਵਾਰ ਦੀ ਕਥਾ ਕਰਨੀ ਸ਼ੁਰੂ ਕਰ ਦੇ। ਕੁਛ ਘਰ ਚ ਥਵਾਕ ਹੋ ਜੂਗਾ, ਫਿਰ ਉਸ ਤੋਂ ਬਾਅਦ ਮੈਨੂੰ ਆ ਕੇ ਮਿਲਣਾ। ਜੈ ਸ਼੍ਰੀ ਰਾਮ। ਇਸੇ ਤਰ੍ਹਾਂ ਅੱਜ ਸਾਡਾ ਪ੍ਰੋਗਰਾਮ ਸਮਾਪਤ ਹੋ ਰਿਹਾ, ਕੱਲ ਇਸੇ ਚੈਨਲ ਤੇ ਫਿਰ ਮਿਲਾਂਗੇ। ਅੱਜ ਸਾਨੂੰ ਦੋ ਇਜਾਜ਼ਤ। ਜੈ ਸ਼੍ਰੀ ਰਾਮ।